ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤੇ ਮੈਂ ਤੁਹਾਡੇ ਨਾਲ ਪੂਜਾ ਰਾਣੀ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਟਾਂਡਾ ਦੇ ਮਿਆਣੀ ਰੋਡ ਤੇ ਸਥਿਤ ਗੁਰੂ ਨਾਨਕ ਦਰਬਾਰ ਤਪ ਸਥਾਨ ਬਾਬਾ ਸ਼੍ਰੀ ਚੰਦ ਜੀ ਵਿਖੇ ਜਿੱਥੇ ਅੱਜ ਪੂਰਨਮਾਸ਼ੀ ਦਾ ਦਿਹਾੜਾ ਬੜੀ ਹੀ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਤੇ ਸੰਗਤਾਂ ਵੀ ਦੂਰੋਂ ਦੁਰਾਡੀਆਂ ਪਹੁੰਚੀਆਂ ਹਨ। ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪਾਠ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਦੇ ਪ੍ਰਬੰਧਕਾਂ ਦੇ ਵੱਲੋਂ ਸੰਗਤਾਂ ਦੇ ਲਈ ਚਾਹ ਪਕੌੜਿਆਂ ਅਤੇ ਗੁਰ ਕਾ ਲੰਗਰ ਅਟੁੱਟ ਵਰਤਾਇਆ ਗਿਆ। ਨਾਨਕ ਸਭ ਦੇ ਵਡਿਆਈ
منایا جا رہا ہے پریمی سردار گرو پر دے سیوک سردار اکویندر سنگھ جی سردار ہرجندر سنگھ جی سانو سردار پروانیہ سندیپ بوس وائی پرم چندر سنگھ نوان پدروال وائی بھاؤ پرخان پریت سنگھ نیوزی لینڈ پاجرا ساجان کاروبار کی ترقی گزاری ہر آج چھوٹی کرپا ہو گئی اتنی بیٹے مکان مل گیا ہے اسی طرح اپنی کرپا درتی بنائی رکھنا جی کرپا ہو جاوے سیوا بخش کرو مہاراج جنکن کا بازار بنو I'm going to go to the hospital.
ਗੁਰੂ ਨਾਨਕ ਦਰਬਾਰ ਪਾਕਿਸਤਾਨ ਬਾਬਾ ਸ੍ਰੀ ਚੰਦ ਉਮਰ ਟਾਂਡਾ ਵਿਖੇ ਡਿਸਪੈਂਸਰੀ ਦਾ ਖਾਸ ਪ੍ਰਬੰਧ ਹੈ ਜਿੱਥੇ ਕਿ ਹਰ ਸੋਮਵਾਰ 12 ਵਜੇ ਤੋਂ ਲੈ ਕੇ 4 ਵਜੇ ਤੱਕ ਫ੍ਰੀ ਆਫ ਕੋਸਟ ਵਿੱਚ ਚੈੱਕਅਪ ਕੀਤਾ ਜਾਂਦਾ ਹੈ ਅਤੇ ਮੈਡੀਸਿਨ ਦਿੱਤੀ ਜਾਂਦੀ ਹੈ ਜਿਸ ਨੂੰ ਸਾਹ ਸੰਗਮ ਨੇ ਅਗਰ ਇਸ ਸੇਵਾ ਦਾ ਫਾਇਦਾ ਲੈਣਾ ਹੋਵੇ ਤਾਂ ਉਹ ਲਾਭ ਲੈ ਸਕਦੇ ਹਨ ਪਰਮ ਸਨਮਾਨ ਯੋਗ ਦੇਸਾਂ ਵਿਦੇਸਾਂ ਚ ਜੁੜ ਬੈਠੀ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਤਪਸਥਾਨ ਬਾਬਾ ਸ੍ਰੀ ਚੰਦ ਜੀ ਟਾਂਡਾ ਉਰਮਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰਹਾਲ ਸ਼ਾਹ ਹੇਠ ਦਾਸ ਬਾਬਾ ਸੁਖਦੇਵ ਸਿੰਘ ਬੇਦੀ ਸੋਲੀ ਸੰਤਾਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਹਿਨਮਾਈ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹਜ਼ਾਰਾਂ ਦੀ ਤਾਦਾਦ 'ਚ ਸੰਗਤਾਂ ਨੇ ਆਪਣੀਆਂ ਮਨੋਕਾਮਨਾ ਲਈ ਦੁਆਵਾਂ ਕੀਤੀਆਂ ਔਰ ਇਸ ਦਿਨ ਨੂੰ ਬੜੀ ਸ਼ਰਧਾ ਭਾਵਨਾ ਨਾਲ ਹਰ ਮਹੀਨੇ ਮਨਾਇਆ ਜਾਂਦਾ ਸ੍ਰੀ ਖੰਡਪੁਰ ਸਾਹਿਬ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਉਪਰੰਤ ਚਾਹ ਪਕਾਉਣੇ ਦਾ ਗੁਰੂ ਕਾ ਲੰਗਰ ਸਾਰਾ ਦਿਨ ਅਟੁੱਟ ਵਰਤਿਆ ਅਤੇ ਫ੍ਰੀ ਮੈਡੀਕਲ ਕੈਂਪ ਜੋ ਲੇਡੀ ਡਾਕਟਰ ਮਨਦੀਪ ਕੌਰ ਬੇਦੀ ਉਹਨਾਂ ਮਰੀਜ਼ਾਂ ਲਈ ਜਿਨ੍ਹਾਂ ਨੂੰ ਬੱਚਿਆਂ ਵਾਸਤੇ ਕੁਛ ਪ੍ਰੋਬਲਮ ਹੈ ਉਹਨਾਂ ਨੂੰ ਉਹਨਾਂ ਨੇ ਫ੍ਰੀ ਦਵਾਈਆਂ ਦਿੱਤੀਆਂ ਫ੍ਰੀ ਚੈੱਕਅਪ ਕੀਤੇ ਹੈ ਤੋ ਅੱਜ ਇਹ ਖੁਸ਼ੀ ਹੈ ਕਿ ਅਸੀਂ ਇੱਥੇ ਇਹ ਵੀ ਪਰਉਪਕਾਰੀ ਕਾਰਜ ਆਰੰਭ ਕੀਤਾ ਕਈ ਲੋੜਵੰਦ ਐਸੇ ਹੁੰਦੇ ਨੇ ਜਿਹੜੇ ਪੈਸੇ ਨਹੀਂ ਖਰਚ ਸਕਦੇ ਉਹ ਦਵਾਈ ਵੀ ਨਹੀਂ ਲੈ ਸਕਦੇ ਕੋਈ ਸਲਾਹ ਵੀ ਨਹੀਂ ਲੈ ਸਕਦੇ ਸੋ ਇਹ ਮਹਾਨ ਪਰਉਪਕਾਰੀ ਕਾਰਜ ਬੜੀ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ ਬੜਾ ਅਫਸੋਸ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਬੇਹੱਦ ਵਾਧਾ ਹੋਇਆ ਜਦੋਂ ਹਿੰਦ ਪਾਕਿਸਤਾਨ ਦੀ ਵੰਡ ਹੋਈ ਹੈ ਇਹ ਉਸ ਵਕਤ ਵੀ ਕੋਈ ਨੁਕਸਾਨ ਨਹੀਂ ਸੀ ਹੋਇਆ ਸੰਨ 84 ਦੇ ਦੰਗੇ ਵੀ ਹੋਏ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਬਾਣੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਅੱਜ ਕੀ ਹਾਲਾਤ ਬਣੇ ਆ ਇਸ ਦਾ ਬੜਾ ਦੁੱਖ ਹੈ ਮੈਂ
ਪੂਰ ਜ਼ੋਰ ਅਪੀਲ ਕਰਦਾ ਹਾਂ ਮੈਂ ਹਮੇਸ਼ਾ ਕਹਿੰਦਾ ਕਿ ਸਾਨੂੰ ਸਾਰੇ ਧਰਮਾਂ ਦਾ ਸਾਰੇ ਧਰਮ ਗ੍ਰੰਥਾਂ ਦਾ ਸਾਰੇ ਧਰਮ ਗੁਰੂਆਂ ਦਾ ਸਤਿਕਾਰ ਕਰਨਾ ਚਾਹੀਦਾ ਤਾਂ ਹੀ ਵਿਸ਼ਵ ਸ਼ਾਂਤੀ ਹੋ ਸਕਦੀ ਹੈ ਭਾਰਤ ਰਿਸ਼ੀਆਂ ਮੁਨੀਆਂ ਅਵਤਾਰਾਂ ਪੈਗੰਬਰਾਂ ਦੀ ਧਰਤੀ ਹੈ ਸਾਨੂੰ ਉਹਨਾਂ ਨੂੰ ਸਭ ਨੂੰ ਨਮਸਕਾਰ ਕਰਨਾ ਅਸੀਂ ਬੇਸ਼ੱਕ ਕਿਸੇ ਨੂੰ ਮੰਨੀਏ ਨਾ ਮੰਨੀਏ ਉਹ ਸਾਡੇ 'ਤੇ ਡਿਪੈਂਡ ਕਰਦਾ ਪਰ ਸਤਿਕਾਰ ਕਰਨਾ ਸਾਡਾ ਧਰਮ ਬਣਦਾ ਮੈਂ ਇਹ ਸ਼ਰਾਰਤੀ ਅਨਸਰਾਂ ਨੂੰ ਵੀ ਅਪੀਲ ਕਰਦਾ ਕਿ ਇਹੋ ਜਿਹੀ ਹਾਲਾਤ ਨਾ ਪੈਦਾ ਕਰੋ ਕਿ ਧਰਮਾਂ ਵਿੱਚ ਲੜਾਈ ਪੈ ਜਾਏ ਅੱਗੇ ਹੀ ਬੜੇ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਪੰਜਾਬ ਸੋ ਮੇਰੀ ਪੂਰੀ ਜ਼ੋਰ ਅਪੀਲ ਹੈ ਕਿ ਧਾਰਮਿਕ ਗ੍ਰੰਥ ਨਹੀਂ ਕਿਸੇ ਦਾ ਕੁਛ ਨੁਕਸਾਨ ਕਰ ਰਿਹਾ ਇਹਨਾਂ ਦਾ ਸਤਿਕਾਰ ਕਰਾਂਗੇ ਸਾਡਾ ਵੀ ਸਤਿਕਾਰ ਹੋਊਗਾ ਮੈਂ ਅੱਜ ਇਸ ਮੁਬਾਰਕ ਦਿਨ 'ਤੇ ਆਸ ਕਰਦਾ ਕਿ ਜੋ ਜੋ ਵੀ ਪ੍ਰਾਣੀ ਅੱਜ ਦੇ ਇਸ ਮੁਬਾਰਕ ਦਿਨ 'ਤੇ ਗੁਰੂ ਨਾਨਕ ਦਰਬਾਰ 'ਚ ਆਪਣੀਆਂ ਅਰਦਾਸਾਂ ਬੇਨਤੀਆਂ ਕਰਕੇ ਗਏ ਨੇ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਨੇ ਗੁਰੂ ਬਾਬਾ ਜੀ ਕਿਰਪਾ ਕਰਨ ਉਹਨਾਂ ਦੇ ਆਪਣਾ ਮਿਹਰ ਪ੍ਰਿਆਰਤ ਰੱਖਣ ਉਹਨਾਂ ਦੀਆਂ ਸ਼ੁਭ ਮਨੋਕਾਮਨਾ ਸਾਰੀਆਂ ਪ੍ਰਵਾਨ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ